ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਠੱਠਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਗਾਵਾਂ ਅਤੇ 1 ਨੀਲੀ ਦੀ ਮਾਝ ਤੁਹਾਨੂੰ ਦਿਖਾਉਣੀ ਹੈ, ਸੱਜਰ ਸੂਈ ਬਿਲਕੁਲ ਹੌਲੇ ਜਿਹੇ ਭਾਅ 'ਚ। ਅਤੇ ਗੱਲਬਾਤ ਹੁਣ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਅਤੇ ਬਾਕੀ ਕੁਝ ਸੂਈਆਂ ਵਾ ਅਤੇ ਕੁਝ ਗੱਭਣਾ ਵਾ, ਸੂਈਆਂ ਦੀ ਆਪਣੀ 2 ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ, ਨਹੀਂ ਪਹੁੰਚ ਸਕਦੇ ਤਾਂ ਵੀਡੀਓ ਕਾਲ 'ਤੇ ਆਪਣੀ ਚਵਾਈ ਕਰਾ ਲਓ, ਅਤੇ ਗੱਭਣ ਵੀ ਆਪਣੀ ਪਾਸ ਕਰਕੇ ਖੜੋ। ਆਹ ਵਾਲੀ ਨੀਲੀ ਦੀ ਮਾਝ ਤੁਹਾਨੂੰ ਦਿਖਾਉਣੀ ਹੈ, ਬੜੇ ਹੌਲੇ ਜਿਹੇ ਭਾਅ 'ਚ ਤੁਹਾਨੂੰ ਐਂਡ 'ਤੇ ਦਿਖਾਉਣੀ ਹੈ, ਅਤੇ ਇੱਕ ਗਾਂ ਵੀ ਛੋਟੇ ਜਿਹੇ ਰੇਟ 'ਚ ਤੁਹਾਨੂੰ ਦਿਖਾਵਾਂਗੇ ਐਂਡ 'ਤੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹਰਪ੍ਰੀਤ ਜੀ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਠੀਕ ਠਾਕ, ਚਲੋ ਵਧੀਆ ਚਾਹੀਦਾ ਜੀ। ਅੱਜ ਫਿਰ ਲਾਤੀ ਰੌਣਕ, ਫਿਰ ਰੌਣਕ ਤੇ ਆਪਾਂ 24 ਨੂੰ ਹੀ ਲਾ ਦੇਣੀ ਸੀ। ਅੱਛਾ, ਉਹਨਾਂ ਤਾਂ ਕਾਲ ਕੀਤੀ ਤੇ ਉਹ ਆਪਣਾ ਮਾਲ ਜਿਹੜਾ 23 ਤਰੀਕ ਨੂੰ ਸ਼ਾਮ ਨੂੰ ਉਹ ਵੇਖ ਗਿਆ ਉਦਾਂ ਨਹੀਂ, ਹਨਾ ਫਿਰ ਵੀਡੀਓ ਬਣਾਈ ਨਹੀਂ ਗਈ। ਹਾਂ ਵੀਡੀਓ ਬਣਾ ਲਈਏ ਫਿਰ, ਮੈਂ ਹੁਣ ਆਈਆਂ 6-7। ਅੱਛਾ, ਗਾਵਾਂ ਨੇ ਠੀਕ, ਇੱਕ ਮੱਝ ਆ, ਮੱਝ ਤੇ ਗਾਵਾਂ ਦਾ ਵੀ ਹੌਲੇ ਭਾਅ 'ਚ, ਹੌਲੇ ਭਾਅ 'ਚ ਠੀਕ ਆ। ਅੱਜ ਸਾਰੀਆਂ ਗਾਵਾਂ ਨਾਲ ਸਾਫ ਸੁਥਰੀਆਂ ਵੀਰ, 20-20 ਪਲੱਸ ਵਾਲੀਆਂ। ਅੱਛਾ, ਚਲੋ ਨਾਮ ਦੱਸ ਦਿਓ ਇੱਕ ਵਾਰੀ। ਨਾਂ ਤਾਂ ਹੈਗਾ ਡਾਕਟਰ ਭੋਲਾ। ਹਾਂਜੀ ਹਾਂਜੀ, ਪਿੰਡ ਠੱਠਾ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਨੇੜੇ ਲੋਪੋਕੇ ਚ ਗਾਵਾਂ। ਲੋਪੋਕੇ ਚ ਗਾਵਾਂ ਬਿਲਕੁਲ ਲੱਗ ਗਈ ਆ, ਲੱਗ ਗਈ ਜੀ। ਮੋਬਾਈਲ ਨੰਬਰ ਹੈਗਾ 98554-84-286, 98550-84290। ਠੀਕ ਹੈ ਜੀ, ਅਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ। ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੂਈ ਨਾਲ? ਅੱਜ ਤੀਸਰਾ ਦਿਨ ਹੋਇਆ ਜੀ। ਤੀਸਰਾ ਦਿਨ ਆ, ਕਿੰਨਾ ਜੇ ਬੋਲਾ ਤਿਆਰ ਇਹਦੇ ਕੋਲ? ਮੈਂ ਮੁੱਕੇ ਦੇ ਥੱਲੇ 12-13 ਕਿਲੋ ਬੋਲਾ ਤਿਆਰ ਹੈ। ਤਿਆਰ ਆ, ਕਿੰਨਾ ਕੁ ਦੁੱਧ ਕਰੀ ਜਾਊਗੀ ਇਹ? ਇਹ 20 ਕਿਲੋ ਦੁੱਧ ਭਰਦੀ ਰਹੀ ਹੈ। ਤੋਰੋ ਹਾਂ ਫਿਰ ਇੱਕ ਕਰੀ ਨੂੰ। ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਅਤੇ ਥੱਲਿਓ ਵੀ ਚੰਗੀ ਬਣੀ ਹੈ। ਆਇਓ ਵੀਰ ਜੀ, ਲੈ ਆਇਓ ਜੀ। ਬੱਚਾ ਕੀ ਜੇ ਇਹਦੇ ਮਗਰ? ਮਗਰ ਬੱਚਾ ਜੀ, ਉਹ ਅੱਗੇ ਜਵਾਨ ਪਾ ਰਹੇ ਨੇ ਅੱਗੇ ਲੱਗੇ। ਆਹ ਬੱਚਾ ਆ, ਅਤੇ ਇੱਕ ਵਾਰੀ ਆਹ ਥਣ ਪਹਿਲਾਂ ਤੁਹਾਨੂੰ ਦਿਖਾ ਦਈਏ ਲਾਗੇ ਤੋਂ, ਆਹ ਥਣ ਦੇਖ ਸਕਦੇ ਜੀ। ਅਤੇ ਆਹ ਜਿਹੜਾ ਬੱਚਾ ਜਿਹੜਾ ਨਾੜੂ ਤਾਜ਼ਾ ਹੀ ਆ ਨਾਲ, ਜਿਹੜਾ ਆਹ ਦੇਖ ਸਕਦੇ ਜੀ। ਅਤੇ ਮੁੱਲ ਫਿਰ ਵੀਰ ਜੀ ਇਹਦਾ? ਮੁੱਲ ਵੀਰ ਜੀ 50,000 'ਚ ਮਾਨਤਾਨ ਕਰ ਦਿਓ। ਅੱਛਾ, 50 'ਚ ਮਾਨਤਾਨ ਕਰ ਦੋਗੇ? ਬਾਕੀ ਇਹ ਆ ਵੀ ਹੁਣ ਕੋਈ ਵੀ ਲਾਊਗਾ ਆਪੇ ਮੌਕੇ 'ਤੇ ਮਾਨਤਾਨ ਹੋਈ ਜਾਊਗਾ, ਹੈ ਨਾ? ਅਤੇ ਹੁਣ ਆਹ ਵੀ ਤਾਜ਼ੀ ਸੂਈ ਆ। ਹਾਂਜੀ, ਇਹਦੇ ਮਗਰ ਕੀ ਜੇ? ਇਹਦੇ ਮਗਰ ਬੱਚਾ ਕੀ ਜੇ? ਇਹਦੇ ਮਗਰ ਵੱਛੀ ਆ ਜੀ। ਇਹਦੇ ਮਗਰ ਵੱਛੀ ਆ, ਨਾੜੂ ਜਿਹੜਾ ਨਾਲ ਹੀ ਇਹਦਾ ਵੀ ਆਵੇ, ਸੋਹਣੀ ਵੱਛੀ ਆ, ਚੰਗੇ ਟਿਕੇ ਦੀ ਵੱਛੀ ਆ। ਅਤੇ ਆਹ ਥਣ ਵੀ ਇਹਦੇ ਦੇਖ ਸਕਦੇ ਲਾਗੇ ਤੋਂ, ਪਰ ਸਮਾ ਕੇ ਥਣ ਵਧੀਆ ਹੱਥ 'ਚ ਆਉਣ ਵਾਲਾ ਤਿਆਰ ਕਰ ਜੂਗੀ। ਕਿਨਵਾਂ ਸੁਬਾ ਸੂਈ ਜੇ? ਦੂਜਾ ਸੁਬਾ ਸੂਈ। ਤੇ ਕੱਦ ਕਾਠ ਚੰਗਾ ਹੈ, ਹਨਾ? ਹਾਂਜੀ ਹਾਂਜੀ। ਬਾਕੀ ਇਹ ਆ ਵੀ ਜਿਹੋ ਜਿਹੀ ਵੈੜ ਆ ਪੂਰੀ ਸਾਂਭਣੀ ਉਹੋ ਜਿਹੀ ਹੋਈ, ਹਨਾ? ਹਾਂਜੀ ਹਾਂਜੀ, ਆਈਆਂ ਤਾਂ ਸ਼ੈੱਡ 'ਚ ਪਰ ਵੀਰ ਨੇ ਸਾਂਭ ਕੇ ਨਹੀਂ। ਅੱਛਾ ਹਾਂਜੀ ਹਾਂਜੀ ਠੀਕ ਹੈ। ਇਹ ਵੀ ਮੱਛੀ 20 ਕਿਲੋ ਤੋਂ ਬਾਹਰ ਚੱਲਦੀ ਹੈ। ਅੱਛਾ ਹਾਂਜੀ, ਤੋਰੋ ਹਾਂ ਫਿਰ ਇੱਕ ਵਾਰੀ ਇਹਨੂੰ। ਬਾਕੀ ਮਗਰ ਵੀ ਵੱਛੀ ਚੰਗੀ ਆ ਅਤੇ ਆਪ ਵੀ ਚੰਗੇ ਕੱਦ ਕਾਠਦੀ ਆ, ਕੋਈ ਸਾਂਭਣ ਵਾਲਾ ਕੋਈ ਵੀਰ ਲੈ ਜੇ, ਦੁੱਧ ਇਹਨੇ ਚੰਗਾ ਕੱਢੀ ਜਾਣਾ ਆ।
ਆ ਜਿਹੜਾ ਲੈ ਆ ਬਾਕੀ ਹਵਾਨੇ ਤੇ ਵੀ ਨਾੜਾ ਚੰਗੀਆਂ ਵਾ ਠੀਕ ਹੈ ਜੀ ਮੋਟੀ ਧਾਰ ਆ ਨਾੜਾ ਲੰਮਾ ਕੰਮ ਕਰ ਜਾਂਦੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ 50,000 ਚ ਮੰਨਦਾ ਅੱਛਾ ਬਾਕੀ ਆਪੇ ਮੌਕੇ ਤੇ ਹੋ ਜਾਊਗਾ ਠੀਕ ਹੈ ਹੁਣ ਆ ਗੱਬਨ ਜੇ ਇਹ ਵੀ ਥੱਲੇ ਚੰਗੀ ਭਰਨ ਦੀ ਆ ਆਹ ਦੇਖ ਸਕਦੇ ਜੀ ਕਿੰਨਵਾ ਸੂਆ ਸੋਨਾ ਜੀ ਇਹਨੇ ਇਹਨੇ ਵੀਰ ਜੀ ਤੀਸਰਾ ਸੂਆ ਸੋਨਾ ਤੇ ਇਹ ਕਿੰਨੇ ਕੁ ਦੁੱਧ ਵਾਲੀ ਆ ਇਹ ਦੁੱਧ ਵੀਰ ਜੀ 25 ਕਿਲੋ ਭਰਦੀ ਜੀ ਅੱਛਾ ਹਾਂਜੀ ਤੋਰਦੀ ਆ ਫਿਰ ਇਹਨੂੰ ਆਹ ਦੇਖ ਸਕਦੇ ਜੀ ਲੈ ਜਾਓ ਦੂਰ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਬਾਕੀ ਸੋਹਣੇ ਰੰਗ ਰੂਪ ਦੀ ਆ ਤੇ ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ ਹਵਾਨੇ ਤੇ ਨਾੜਾ ਇਹਦੇ ਵੀ ਚੰਗੀਆਂ ਮਿਲਕਮੇਨ ਵੀ ਚੰਗੀ ਲੱਗੀ ਆ ਬਾਕੀ ਇਹ ਆ ਵੀ ਜੇ ਹਵਾਨਾ ਭਰਨਾ ਆ ਇਹਨੇ ਤੇ ਉਸ ਤਰ੍ਹਾਂ ਥਣ ਥੁਣ ਓਕੇ ਆ ਸਾਰੇ ਥਣ ਥੁਣ ਓਕੇ ਆ ਜੀ ਫੁੱਲ ਗਰੰਟੀ ਹੋਏਗੀ ਜੇ ਵੀਰ ਕੋਈ ਇਸ ਤਰ੍ਹਾਂ ਡੱਦ ਕੇ ਲੈ ਜਾਏਗਾ ਨਾ ਅੱਛਾ ਹਾਂ ਥਣ ਹਵਾਨੇ ਦੀ ਸਾਡੀ ਫੁੱਲ ਗਰੰਟੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ 52,000 ਚ ਮਾਨਤਾਨ ਕਰਾਂਗੇ ਅੱਛਾ 52 ਚ ਮਾਨਤਾਨ ਕਰ ਦੋਗੇ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਹਾਂਜੀ ਇਹ ਪਹਿਲਾ ਸੂਆ ਵੱਛੀ ਸੂਈ ਹੈ ਜੀ ਅੱਛਾ ਪਹਿਲਾ ਸੂਆ ਸੂਈ ਹੈ ਹਾਂਜੀ ਮਗਰ ਕੀ ਜੇ ਦੇ ਮਗਰ ਵੱਛੀ ਜੇ ਮਗਰ ਵੱਛੀ ਆ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ 15-16 ਦਿਨ ਹੋ ਹੀ ਗਏ ਆ ਤੇ ਦੁੱਧ ਦੁੱਧ ਇਸ ਮੌਕੇ 12 ਕਿਲੋ ਤਿਆਰ ਹੈ ਤਿਆਰ ਹੈ ਜਿਹੜਾ ਹਾਂਜੀ ਤੋਰੋ ਫਿਰ ਇਹਨੂੰ ਤੇ ਉਹ ਵੱਛੀ ਹੈ ਤੇ ਮਗਰ ਵੱਛੀ ਵੀ ਸੋਹਣੀ ਆ ਤੇ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਹੈ ਇਹਦੇ ਕੋਲ ਬਿਲਕੁਲ ਫਿਕਸ ਹਵਾਨੇ ਦੀ ਮਾਲਕ ਆ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਜੀ 34,000 ਚ ਮਾਨਤਾਨ ਕਰਦੇ ਅੱਛਾ 34,000 ਚ ਕਰਨਾ ਮਾਨਤਾਨ ਹਾਂਜੀ ਠੀਕ ਹੈ ਜੀ ਤੇ ਹੁਣ ਆ ਵੀ ਸੂਈ ਸਵਾਈ ਜੇ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਚੌਥਾ ਦਿਨ ਹੋ ਗਿਆ ਵੀਰ ਜੀ ਚੌਥਾ ਦਿਨ ਸੂਈ ਨੂੰ ਆ ਬੱਚਾ ਜੀ ਹਾਂਜੀ ਨਾੜੂ ਜਿਹੜਾ ਇਹਦਾ ਵੀ ਨਾਲ ਹੀ ਆ ਇਹਦੇ ਮਗਰ ਕੀ ਜੇ ਵੱਛੀ ਜੇ ਮਗਰ ਇਹਦੇ ਮਗਰ ਇੱਕੋ ਮਗਰ ਇਹ ਵੱਛਾ ਬਾਕੀ ਮਗਰ ਵੱਛੀਆਂ ਹੀ ਆ ਹਨਾ ਹਾਂਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਜੇ ਤਿਆਰ ਇਹ ਮੌਕਾ 13 ਕਿਲੋ ਦੁੱਧ ਤਿਆਰ ਹੈ ਤਿਆਰ ਜਿਹੜਾ ਤੇ ਕਿੰਨਾ ਕਰੀ ਜਾਊਗੀ ਇਹ ਵੀਰ ਜੀ 18-19 ਕਿਲੋ ਦੁੱਧ ਭਰ ਦੀ ਜੀ ਤੋਰ ਦੋ ਫਿਰ ਇਹਨਾਂ ਨੂੰ ਬਾਕੀ ਇਹ ਵੀ ਥੱਲਿਓ ਜਿੰਨੀ ਵੀ ਆ ਸਫਾਈ ਜੀ ਆ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿੱਚ 50,000 ਚ ਮਾਨਤਾਨ ਕਰਦਾ 50 ਚ ਕਰਨਾ ਮਾਨਤਾਨ ਠੀਕ ਹੈ ਤੇ ਹੁਣ ਇੱਕ ਆ
ਛੋਟੇ ਭਾਅ ਲਈ ਵੀ ਦਿਖਾ ਦਈਏ ਤੇ ਕੱਦ ਵੀ ਇਹਦਾ ਛੋਟਾ ਹੀ ਆ ਤੇ ਆ ਬੱਚਾ ਜੀ ਨਾੜੂ ਜਿਹੜਾ ਇਹਦਾ ਵੀ ਤਾਜ਼ਾ ਹੀ ਆ ਨਾਲ ਇਹਦੇ ਮਗਰ ਕੀ ਜੇ ਇਹਦੇ ਮਗਰ ਵੱਛਾ ਆ ਤੇ ਇਹਦਾ ਸੂਆ ਥੱਲਿਓ ਸਫਾਈ ਜੀ ਜਿੰਨੀ ਵੀ ਆ ਕਿੰਨੇ ਕੁ ਦੁੱਧ ਵਾਲੀ ਜੇ ਦੁੱਧ ਵੀ 10 ਕਿਲੋ ਜੇ ਹੈਗਾ 10 ਕਿਲੋ ਪੱਕਾ ਪੱਕਾ ਤੇ ਕਿੰਨਾ ਕਰੀ ਜਾਊਗੀ ਦੁੱਧ 12-13 ਕਿਲੋ ਕਰੀ ਜਾਊਗੀ ਜੀ ਅੱਛਾ ਜੇ ਗਿਣਗੇ ਕੱਦ ਵੀ ਛੋਟਾ ਜਿਹਾ ਕੱਦ ਦੇ ਹਿਸਾਬ ਦਾ ਹੀ ਆ ਚਲੋ ਫਿਰ ਤੋਰ ਦੋ ਇਹਨਾਂ ਵੀ ਬਾਕੀ ਇਹ ਆ ਵੀ ਚਲੋ ਜਿਨ੍ਹਾਂ ਦੀ ਸਾਂਭ ਘੱਟ ਆ ਉਹਨਾਂ ਵਾਸਤੇ ਚੰਗੀ ਆ ਕਿਉਂਕਿ ਇਹਨੇ ਬਹੁਤੀ ਸਾਂਭ ਦੀ ਲੋੜ ਨਹੀਂ ਆ ਹਜੇ ਗਾਂ ਨੂੰ ਥੋੜੇ ਪੱਠੇ ਖਾ ਕੇ ਰੱਜਣ ਵਾਲੀ ਆ ਚਾਰ ਦਿਨ ਕਹਿੰਦੇ ਹੋਗੇ ਸੂਈ ਨੂੰ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਣਾ ਜੀ ਇਹਦਾ ਵੀ 30,000 ਚ ਮਾਨਤਾਨ ਕਰ ਦਾਂਗੇ ਅੱਛਾ 30,000 ਚ ਮਾਨਤਾਨ ਠੀਕ ਹੈ ਜੀ ਤੇ ਹੁਣ ਇੱਕ ਆ ਨੀਲੀ ਦੀ ਮਾਈ ਦਿਖਾਈਏ ਮਗਰ ਇਹਦੇ ਕੱਟਾ ਜੀ ਨੀਲੀ ਦਾ ਕੱਟਾ ਇਹਦੇ ਮਗਰ ਕਿੰਨਾ ਚਿਰ ਹੋਇਆ ਜੀ ਇਹਨਾਂ ਸੂਈ ਨੂੰ ਇਹਦਾ ਮਗਰਲਾ ਥਣ ਨੀ ਚੱਲਦਾ ਇੱਕ ਠੀਕ ਹੈ ਜੀ ਬਾਕੀ ਥੱਲੇ ਤਾਂ ਜਿੰਨੀ ਵੀ ਆ ਸਫਾਈ ਚ ਆ ਪਰ ਇੱਕ ਥਣ ਨਹੀਂ ਇਹਦਾ ਚੱਲਦਾ ਬਾਕੀ ਥਣ ਓਕੇ ਆ ਸਾਰੇ ਕਹਿੰਦੇ ਤੇ ਘਾਦੇ ਦਾ ਵੀ ਚਲੋ ਬਹੁਤਾ ਵੱਡਾ ਨੀ ਠੀਕ ਜਿਹਾ ਕਰਦੇ ਆ ਪਹਿਲਾਂ ਸੂਗਾ ਸੂਈ ਆ ਜੀ ਥੋੜਾ ਜਿਹਾ ਗੱਡੀ ਚ ਲੌਂ ਚੜਾਉਣ ਦਾ ਕਹਿੰਦੇ ਪੈਰ ਥੋੜਾ ਜਿਹਾ ਹੋ ਗਿਆ ਇਹਦਾ ਤੇ ਆ ਥਾਣੇ ਤੇ ਦੇਖ ਸਕਦੇ ਜੀ ਇਹ ਆ ਵੀ ਚਲੋ ਜਿੰਨੇ ਚਾਹ ਪਾਣੀ ਦਾ ਸਾਰਨਾ ਵਾ ਠੀਕ ਆ ਚੁਆ ਕਹਿੰਦੇ ਇਹਦਾ ਦਿਖਾ ਦਈਏ ਤੇ ਮੁੱਲ ਇਹਦਾ ਆਪਾਂ ਦੱਸ ਦਈਏ ਮੁੱਲ ਇਹਦਾ ਇਹੋ ਜਿਹਾ ਕਰੀਏ ਕਿ ਸਾਰਾ ਸੂਆ ਚੋ ਕੇ ਓਨੇ ਦੀ ਫੇਰ ਵਿਕ ਜੇ ਓਨੇ ਦੀ ਅੱਜ ਤੇ ਓਨੇ ਦੀ ਉਦੋਂ 40,000 ਚ ਮਾਨਤਾਨ ਕਰਾਂਗੇ ਅੱਛਾ 40,000 ਚ ਹਾਂਜੀ ਬਾਕੀ ਛੋੜ ਛਾੜ ਮੌਕੇ ਤੇ ਹੋਰ ਹੋ ਜੂਗੀ ਠੀਕ ਹੈ ਜੀ ਤੇ ਆ ਦੇਖ ਸਕਦੇ ਜੇ ਅਗਲੇ ਥਣਾਂ ਦਾ ਚੁਆ ਜੀ ਤੇ ਪਿਛਲੇ ਥਣ ਦਾ ਚੁਆ ਦਿਖਾਉਂਦਾ ਚੁਆ ਜਿਹੜਾ ਬਿਲਕੁਲ ਸਾਫ਼ ਆ ਤੇ ਥਾਣੇ ਵੀ ਇਸ ਤਰ੍ਹਾਂ ਇੱਕ ਵਾਰੀ ਦੇਖ ਸਕਦੇ ਤੇ ਲਾਗੇ ਤੋਂ ਤੇ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ 2 ਟਾਈਮ ਇੱਥੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਭਣਾ ਆਪਣੀਆਂ ਪਾਸ ਕਰਕੇ ਵਿੱਚ ਆ ਕੇ ਖੜੋ ਤਸੱਲੀ ਕਰਕੇ ਖੜਨੀ ਜਿਹੜੀ ਜ਼ਿੰਮੇਵਾਰੀ ਤੁਹਾਡੀ ਆ